ਭਾਜੀ ਵੇਖੋ ਅਸੀਂ ਵੱਡੇ ਬੰਦੇ ਬੈਠੇ ਹੁੰਦੇ ਆ, ਬੱਚੇ ਨੂੰ ਕਿਉਂ ਤੁਸੀਂ ਕੋਲ ਬਿਠਾਏ, ਇਹਨੂੰ ਸਕੂਲੇ ਭੇਜੋ, ਐਵੇਂ ਸਕੂਲੇ ਭੇਜੋ, ਮੈਂ ਸਕੂਲੇ ਤਾਂ ਜਾਣਾ ਪਹਿਲਾਂ ਮੈਨੂੰ 100 ਰੁਪਇਆ ਦੇਣਗੇ ਤੇ ਬੱਚੇ ਨੂੰ। ਬੇਟਾ ਪੜ੍ਹਾਈ ਲਿਖਾਈ ਕਰੀ ਦੀ ਹੁੰਦੀ ਹੈ, ਤਾਲੀਮ ਇਹੋ ਜਿਹੀ ਚੀਜ਼ ਹੈ ਜਿਹੜੀ ਤਾਂ ਉਮਰ ਬੰਦੇ ਦੇ ਕੰਮ ਆਉਂਦੀ ਹੈ ਜਿਹੜਾ ਪੜ੍ਹਦਾ ਹੈ। ਮੈਂ ਸਕੂਲ ਤਾਂ ਹੀ ਜਾਣਾ ਜੇ ਪਹਿਲਾਂ ਮੈਨੂੰ 100 ਰੁਪਇਆ ਦਿਓ। ਇਹ ਇਹਨੂੰ ਪੈਸੇ ਹੱਦ ਹੋਈ ਪਈ ਹੈ, ਦਾਦਾ ਪੋਤਾ ਮੈਨੂੰ ਝੂਠਾ ਕਰੀ ਜਾਂਦੇ ਆ। ਐਸੇ ਨੂੰ ਤਾਂ ਕਹਿੰਦੇ ਆ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ। ਤੁਹਾਡੀ ਗੱਲ ਦਾ ਮਤਲਬ ਨਹੀਂ ਸਮਝੇ ਅਸੀਂ। ਮਤਲਬ ਤੁਹਾਨੂੰ ਸਮਝ ਲੱਗੂਗਾ ਜਦੋਂ 14 ਜੁਲਾਈ ਨੂੰ ਸਿਨੇਮਾ 'ਚ ਜਾਓਗੇ ਤੇ ਫਿਲਮ ਦੇਖੋਗੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ। ਓਏ ਜੀ, ਤੇ ਫੇਰ ਮੈਨੂੰ 500 ਰੁਪਇਆ ਦਿਓ, ਮੈਂ ਵਿੱਚੋਂ ਫਿਲਮ ਨਹੀਂ ਵੇਖਣੀ। ਓਏ 14 ਨੂੰ ਲੱਗਣੀ ਅੱਜ ਛੁੱਟੀ ਕਰਕੇ ਬੈਠਣੀ ਏ ਤੂੰ। ਚੱਲ ਚੱਲ ਕੀ ਹੋੜੀ, ਜੁਲਾਈ ਨੂੰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ 'ਚ। ਐਨਜੋਏ, ਥੈਂਕ ਯੂ, ਲਵ ਯੂ।